ਤੁਹਾਨੂੰ ਪੂਰਾ ਮੁੱਦਾ ਦੱਸ ਦਈਏ। ਰੂਪਨਗਰ ਅਦਾਲਤ ਕੰਪਲੈਕਸ ਦੀ ਇਹ ਵੀਡੀਓ ਜਿਸ ਦੇ ਬਾਹਰ ਇੱਕ ਵੱਡਾ ਹੰਗਾਮਾ ਹੋ ਗਿਆ। ਕੁੜੀ ਮੁੰਡੇ ਵੱਲੋਂ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਆਪਣੀ ਸਿਕਿਉਰਿਟੀ ਦੇ ਲਈ ਕੋਰਟ ਦੇ ਵਿੱਚ ਆਏ ਸੀ। ਉੱਥੇ ਹੀ ਲੜਕਾ ਲੜਕੀ ਦੇ ਨਾਲ ਬੜੀ ਧੱਕਾ ਮੁੱਕੀ ਹੁੰਦੀ ਹੈ ਅਤੇ ਇੱਕ ਪਾਸੇ ਕੁੜੀ ਨੂੰ ਲੈਣ ਪਰਿਵਾਰ ਆਇਆ ਹੁੰਦਾ ਜਿਸ ਨਾਲ ਕਿ ਤਕਰੀਬਨ 4-5 ਬੰਦੇ ਹੋਰ ਵੀ ਹੁੰਦੇ ਹਨ, ਪਰ ਦੂਜੇ ਪਾਸੇ ਇਹ ਮੁੰਡਾ ਇਕੱਲਾ ਹੁੰਦਾ। ਉਸ ਦੇ ਬਾਵਜੂਦ ਵੀ ਇਹ ਪੂਰਾ ਜ਼ੋਰ ਲਗਾਉਂਦਾ ਕਿ ਪਰਿਵਾਰ ਲੜਕੀ ਨੂੰ ਨਾਲ ਲੈ ਕੇ ਜਾਵੇ, ਪਰ ਵੱਡੀ ਚੜ੍ਹਤ ਤੋਂ ਬਾਅਦ ਪੂਰਾ ਪਰਿਵਾਰ ਲੜਕੀ ਨੂੰ ਲੈ ਕੇ ਚਲਾ ਜਾਂਦਾ। ਜਿਸ ਤੋਂ ਬਾਅਦ ਮੁੰਡਾ ਆਪਣੀ ਪ੍ਰੋਟੈਕਸ਼ਨ 'ਤੇ ਸਵਾਲ ਚੁੱਕਦਾ, ਕਹਿੰਦਾ ਕਿ ਮੁਲਾਜ਼ਮਾਂ ਨੇ ਮੇਰੀ ਮਦਦ ਨਹੀਂ ਕੀਤੀ ਬਲਕਿ ਸਾਰੇ ਹੀ ਮੈਨੂੰ ਰੋਕਣ ਲਈ ਅੱਗੇ ਆ ਗਏ। ਮੈਨੂੰ ਇਕੱਲੇ ਨੂੰ ਫੜਿਆ ਸਾਰੇ ਨੇ दोस्तों तुहानू दस दईए जानकारी मुताबिक कुड़ी मुंडे दी कोर्ट मैरिज हो चुकी सी। तुसी तस्वीर देख सकते हो, कुड़ी दे हाथ विच चूड़ा भी पाया होया। वीडियो दे वायरल होने तो बाद लोगों ने तरह तरह दी टिप्पणियां कीते ने। मैं तुहाडे नाल कुछ टिप्पणियां सांझियां करदा हाँ। पहले ने लिखा दिओ सिक्योरिटी वड्डे मिर्जे नू। अगले ने लिखा शुक्र मना बंदे भले मानसी ते जो तैनू जाउंदा छड्ड गए। अगले ने लिखा पुलिस की कर रही सी उत्थे जो कोर्ट मैरिज हो गई कुड़ी हथ कि ला सकते हैं। अगले ने लिखा ये बहुत गलत गल है, कोर्ट मैरिज हुई है पुलिस को दोवे की हिफाजत करनी चाहिए सी, नाले उन्हां ते उल्टा परचा भी बनता सी। तुसी इस बारे की सोचते हो कमेंट करके जरूर दस्यो।